बात कर उन्होंने ना भी चंगा लम्मा कुंदा होना चाहिए था नहीं ये टैडियां दे एडे लम्मे कुंदे होंदे ही नहीं ने सही 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 कह रहे हो ठीक ना है ना दरम्यान नहीं कुंदे ने ये समझ लो कि इंजे इंज करके बंद जीरो गहराई इन्नी को एक कबूतर काटते ने तो जो कबूतर ने गहराई करनी तो उदो ही उड़ना ना अच्छा हाँ एक चीज़ है इन्हें शो इन्हें जी बगलें ना वो बड़िया बड़िया ने तो बगल तो सिर तक कबूतर उड़ता है असल होनी बगल ही चाहिए ना कबूतर की एक ही हूँ ये भी वो 17 साल पुराना जरा बाबा तुम दिखाया हूँ यह भी उनका पुत्र है ये अपने बाप से चला गया बोला सेम बाप से गया हाँ उनकी नोक पलक भी आई सी वो मेरे अपने वेले तो मैं दिखाया से एक पट्ठा 010 नंबर वो इंदा आ उनका प्यो जे वेखो हूँ वो उनके जी तेंदे जी जमीन समान का फर्क आ गया हाँ वो बड़ा कल्चरा कल दुंबाया सी हाँ तो ऐ उनका प्यो जे है कबूतर उन्होंने नोक भी काली ही सी आहो ऐसे कबूतर बना देंगे ने तदे तुसी कह रहे कि डिफरेंट बड़ा कर देंगे हाँ कर देने ਇਹਨਾਂ ਦੇ ਵਿੱਚ ਕਦੀ ਹੋਰ ਦੂਸਰੇ ਟੈਡੀ ਨਹੀਂ ਟਰਾਈ ਕੀਤੀ ਨਹੀਂ ਕਦੀ ਕੋਈ ਦਿਲ ਕਰ ਨਹੀਂ ਦੂਸਰੇ ਟਰਾਈ ਕੀਤੇ ਲੇਕਿਨ ਲਾਲ ਅੱਖਾਂ ਅਸੀਂ ਆਪਣਾ ਕ੍ਰਾਸ ਵੀ ਪਾਏ ਨੇ ਆਪਣੇ ਲਾਲ ਅੱਖਾਂ ਦਾ ਕਬੂਤਰ ਪਾਏ ਨੇ ਇਹਨਾਂ 'ਚ ਲੇਕਿਨ ਟੈਡੀ ਦੂਸਰੇ ਨਹੀਂ 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 ਅਸੀਂ ਨਹੀਂ ਪਾਏ ਸਾਨੂੰ ਬਾਅਦ ਭਾਈ ਦੂਜਾ ਟੈਡੀ ਜੱਚਦਾ ਨਹੀਂ ਅਸੀਂ ਰੱਖਦੇ ਨਹੀਂ ਜਦੋਂ ਸ਼ੌਕ ਕਰੋ ਅੱਛਾ ਪੂਰਾ ਹੋ ਜਾਵੇ ਸਾਨੂੰ ਬਾਹਰ ਜਾਣ ਦੀ ਲੋੜ ਕਹਿੰਦੀ ਗੱਲ ਤਾਂ ਅਸਲ ਹੈ ਵੈ ਨਾ ਐਸੇ ਤਾਂ ਨਹੀਂ ਮਾਸ਼ਾਅੱਲਾ ਇੰਨੀ ਤਦਾਦ ਹੀ ਸਾਡੇ ਕਬੂਤਰ ਹੈਗੇ ਨੇ ਆਜ਼ਮ ਅੱਲਾ ਕਿੰਨੇ ਕੁ ਤਦਾਦ ਚ ਹੈਗੇ ਨੇ ਤਕਰੀਬਨ 80-90 ਜੋੜਾ ਮੇਰੇ ਕੋਲ ਹੈ ਲਾਲ ਤੇ ਆਜ਼ਮ ਅੱਲਾ ਵੀ ਮੇਰੇ ਹਿਸਾਬ ਨਾਲ ਕੋਈ 40 ਕੁ ਜੋੜੇ ਹੈਗੇ ਨੇ ਤੇ ਸਾਡਾ ਇੱਕ ਉਹ ਦੋਸਤ ਜਿਹੜਾ ਭਰਾ ਸਾਡਾ ਮਲਕ ਸਮਾਨ ਤਕਰੀਬਨ 50 ਕੁ ਜੋੜੇ ਉਹਦੇ ਲਈ ਪਏ ਨੇ ਤਾਂ ਹੁਣ ਸਾਡਾ ਇੱਕ ਨਵਾਂ ਬਨੇਵਾ ਉੱਠਿਆ ਉਹਨੂੰ ਬਣੇ ਬਣਾਤੇ ਲੱਭ ਗਏ ਨੇ ਸਰਦਾਰ ਗੁਲਫਰਾਜ਼ ਹੈ ਤੇ ਉਹ ਇਧਰੋਂ ਸਾਡੇ ਵੱਲੋਂ ਵੀ ਲੈ ਜਾਂਦਾ ਆਜ਼ਮ ਵੱਲੋਂ ਵੀ ਲੈ ਜਾਂਦਾ ਮਲਕ ਸਮਾਨ ਵੱਲੋਂ ਲੈ ਉਹਨੂੰ ਤਾਂ ਬਣੀ ਬਣਾਤੀ ਖੇਤੀ ਲੱਭ ਗਈ ਹਾਂ ਸਹੀ ਗੱਲ ਹੈ ਨਹੀਂ ਤਾਂ ਕਬੂਤਰ ਬਣਾ ਦੇ ਬਣਾ 40-50 ਜੋੜੇ ਉਹਦੇ ਲਈ ਵੀ ਲੱਗੇ ਨੇ ਬਲਕਿ ਤੁਹਾਨੂੰ ਦਿਖਾਏ ਜਦੋਂ ਤੁਸੀਂ ਆਏ ਜਦੋਂ ਦਿਖਾਏ ਨਹੀਂ ਕਬੂਤਰ ਉੱਧਰ ਯਾਰ ਵਾਹ ਦੱਸੋ ਇੰਜ ਕਬੂਤਰ ਕਿਸੇ ਨੂੰ ਬਣ ਜਾਂਦੇ ਨੇ ਜਿਵੇਂ ਤੇ ਉੱਧਰ ਬਣੇ ਨੇ ਓਏ ਸਹੀ ਗੱਲ ਹੈ ਹੈ ਤੇ ਉਹਨੂੰ ਬਣੀ ਬਣਾਤੀ ਖੇਤੀ ਲੈ ਇਹ ਮਾਦੀ 600 ਨੰਬਰ ਇਹ ਵੀ ਜੁਗਨੂ ਜੇ ਅੱਛਾ ਇਹ ਵੀ ਜੁਗਨੂ 30 ਨੰਬਰ 5 ਨੰਬਰ ਸੌਰੀ देखो मादी का जुस्सा चेक करो वेखो मादी वाकई मादी लग भी रही है छोटिया छोटिया मादी इन्होंने बरीक च पाई अच्छा साइज का खराब होने की वजह भी मेरे ख्याल मादी होंगी आहो बेस जी मादिया के काम चलना अगे नस्ल भी मादिया बना मादी का बड़ा किरदार होंगे जोड़े के अंदर ਜੇ ਕਬੂਤਰ ਸ਼ੇਰ ਹੈ ਤਾਂ ਮਾਦੀ ਸਵਾ ਸ਼ੇਰ ਹੋਣੀ ਚਾਹੀਦੀ ਹਾਂਜੀ ਵਾਹ ਤਾਂ ਹੀ ਜਾ ਕੇ ਕਬੂਤਰ ਬਣਦਾ ਸਾਈਜ਼ ਬਣਾਉਣ 'ਚ ਮਾਦੀ ਦਾ ਬੜਾ ਕਿਰਦਾਰ ਹੈ ਹਾਂ ਮਾਦੀ ਦਾ ਬੜਾ ਕਿਰਦਾਰ ਹੈ ਇਹ ਕਿਹੜਾ ਹੈ 12 ਹਾਂ लाल अखी कोई खास रखी ने लाल अखी भी साढ़े धुंधाने जरा तो दो चार पीस दिखा के ना फिर तुम लाल अखी दिखाने खास ही ने वो भी खास ही ने जिन्ने को टैडी उड़ते हैं साढ़े लाल अखे भी उन्ने उड़ते हैं अगर टैडी आते हैं ना भी असं शाम बहना है तो मेरे लाल अखे कबूतर जो तुम दिखाने शौक रहा भी आते हैं असं इन्होंने भी अगाम अच्छा जी ਉਹ ਖਾਸ ਬਲੱਡ ਲਾਈਨ ਹੈ ਆਪਣੀ ਕਿ ਤੋਂ ਡੱਬ ਵਾਲੇ ਕਬੂਤਰ ਨੇ ਉਹ ਅੱਛਾ ਅੱਛਾ ਸਾਡਾ ਨੰਬਰ ਹੈ 420 ਵਾਹ ਇਹਦਾ ਜਿਹੜਾ ਬਾਪ ਸੀ ਨਾ ਇਹਨਾਂ ਦਾ 420 ਅੱਛਾ ਇਹਦੇ ਵਿੱਚ ਦਸਵਾ ਵੱਡਾ ਆਇਆ ਕੀ ਵਜ੍ਹਾ ਇਹਦੇ ਦਰਅਸਲ ਮਾਦੀ ਆਪਣਾ ਉਸਤਾਦ ਦੇ ਘਰ ਦੀ ਇਹ ਮਾਦੀ ਸੀ ਤੇ ਨਰ ਸਾਡੇ ਕੋਲ ਸੀ ਇਹਨਾਂ ਦਾ ਪੁੱਤਰ ਹੈ ਬਾ ਇੱਕੋ ਹੀ ਇੰਜ ਦਾ ਬਣਿਆ ਬਾਕਰ ਬੜਾ ਬੱਚੇ ਇੱਕ ਰਿਜ਼ਲਟ ਅੱਛਾ ਦਿੱਤਾ ਠੀਕ ਹੋ ਗਿਆ ਲਾਲ ਅੱਖਾਂ ਵਾਲੇ 420 ਇਹ ਸਾਡੇ 420 ਕਬੂਤਰ ਇਹ ਬੇਸਿਕਲ ਡੱਬ ਵਾਲੇ ਇਹ ਡੱਬ ਵਾਲੇ ਕਬੂਤਰ ਨੇ
ਸ਼ੇਖ ਜ਼ਫਰ ਸਾਹਿਬ ਵਾਲੇ ਨਹੀਂ ਨਹੀਂ ਇਹ ਮੀਆਂ ਵਾਲੇ ਕਬੂਤਰ ਸੀ ਸਾਡੇ ਕੋਲ ਅਸੀਂ ਤਾਂ ਕਬੂਤਰ ਦਾ ਇਹਨਾਂ ਦਾ ਦਾਦਾ ਜਿਹੜਾ ਸੀ ਨਾ ਅਸੀਂ ਲਿਆ ਸੀ 1.5 ਲੱਖ ਰੁਪਏ ਦਾ ਮੀਆਂ ਦੇ ਘਰੋਂ ਇਹ ਡੱਬ ਵਾਲੇ ਨੇ ਇਹ ਡੱਬ ਵਾਲੇ ਇਹ ਉਹਨਾਂ ਨੂੰ ਮਿਲਦੇ ਨਹੀਂ ਲੇਕਿਨ ਅਸੀਂ ਆਪਣੇ ਹਿਸਾਬ ਨਾਲ ਬਣਾਏ ਨੇ ਨਾ ਕਬੂਤਰ ਅੱਛਾ ਤੁਸੀਂ ਆਪਣੇ ਮੇਨਟੇਨ ਮਾਦੀ ਘਰੋਂ ਅਸੀਂ ਆਪਣੀ ਲਾਈ ਸੀ ਹਾਂ ਲੇਕਿਨ ਪੁਰਾਣੇ ਨੇ ਕਬੂਤਰ ਸਾਡੇ ਕੋਲ ਇਹਨਾਂ ਨੂੰ ਤਕਰੀਬਨ 12-13 ਸਾਲ ਪੁਰਾਣੇ ਕਬੂਤਰ ਨੇ ਮੀਆਂ ਸਾਹਿਬ ਦੀ ਹਯਾਤੀ 'ਚ ਲਿੱਤਾ ਸੀ ਤੁਸੀਂ ਹਾਂ ਉਹਨਾਂ ਦੀ ਹਯਾਤੀ 'ਚ ਇਹਨਾਂ ਦਾ ਜਿਹੜਾ ਦਾਦਾ ਸੀ ਨਾ ਉੱਥੋਂ ਲੈ ਕੇ ਆਉਂਦਾ ਸੀ ਅਸੀਂ ਸਾਡਾ ਇੱਕ ਮਾਮੂ ਚੌਧਰੀ ਅਖਤਰ ਅਸੀਂ ਇਕੱਠੇ ਗਏ ਸਾਂ ਉੱਥੋਂ ਲੈ ਕੇ ਆਏ ਸਾਂ ਇਹਨਾਂ ਦਾ ਬਾਪ ਲਓ ਜੀ ਦੋਸਤੋ ਇਹ ਡੱਬ ਵਾਲੇ ਚੈੱਕ ਕਰੋ ਕੈਸੇ ਸੋਹਣੇ ਹੈਗੇ ਨੇ ਬੁੰਦੇ ਸ਼ੁੰਦੇ ਕਾਂਟੇ ਸ਼ਾਂਟੇ ਅੱਛਾ ਚਿਹਰਾ ਮੋਹਰਾ ਮੀਆਂ ਸਾਹਿਬ ਵਾਲੇ ਕਬੂਤਰਾਂ ਨੇ ਮਿਲਦਾ ਕਲਰ ਦਾ ਡਿਫਰੈਂਸ ਪੈ ਗਿਆ ਨੋਕ ਦਾ ਡਿਫਰੈਂਸ ਪੈ ਗਿਆ ਉਹ ਫਿਰ ਅਸੀਂ ਆਪਣੇ ਹਿਸਾਬ ਨਾਲ ਬਣਾਇਆ ਜਾਂਦੇ ਨਾ ਕਬੂਤਰ ਲੇਕਿਨ ਇਹ ਅਗਰ ਸਾਡੇ ਟੈਡੀ ਨੇ ਨਾ ਚੌਧਰੀ ਵਾਲੇ ਕਬੂਤਰ ਇਹ ਉਹਨਾਂ ਦੇ ਜ਼ੋਰ ਦੇ ਕਬੂਤਰ ਨੇ ਹਾਂ ਸਮਾਰਟ ਸਮੂਟ ਹੋਣ ਜੀ ਨੇ ਇਹ ਉਹਨਾਂ ਦੇ ਜ਼ੋਰ ਦੇ ਕਬੂਤਰ ਹੈਗੇ ਨੇ ਇਹ ਵੀ ਅੱਛਾ ਸਿੰਪਲ ਲਾਲ ਅੱਖਾਂ ਦੇ ਨੇ ਰਿੰਗਦਾਰ ਜਾਂ ਡੋਰੇਦਾਰ ਅੱਖਾਂ ਦੇ ਨਹੀਂ ਨਾ ਨਾ ਜ਼ਮੀਨਾਂ ਚਿੱਟੀਆਂ ਦੇ ਉੱਤੇ ਚਿੱਟੀਆਂ ਜ਼ਮੀਨਾਂ ਦੇ ਕਬੂਤਰ ਨੇ ਉੱਤੇ ਜ਼ਰੇ ਲਾਲ ਲਾਲੋ ਲਾਲ ਜਿਹੜਾ ਕੱਟੋ ਉਹੀ ਲਾਲ ਅਸੀਂ ਡਰੈਡ ਡਾਏ ਨੇ ਕਬੂਤਰ ਵਾਲੇ ਐਲੇ ਹਾਂ ਪਿਓਰਟੀ ਡਾਏ ਨੇ ਕ੍ਰਾਸ ਤੋਂ ਬਗੈਰ ਹਾਂ ਜੇਲ੍ਹ 'ਚ ਸਾਡੇ ਮੇਰੇ ਉਸਤਾਦ ਜ਼ੁਲਫਕਾਰ ਦੇ ਘਰ ਇਹਦਾ 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 ਭਰਾ ਇੱਕ ਗਿਆ ਸੀ ਅਤੇ ਮਾਸ਼ਾਅੱਲਾ 2 ਦਿਨ ਉੱਡ ਗਿਆ ਕਬੂਤਰ ਉਹ ਜੇਡ ਦੇ ਵਿੱਚ ਹਾਂ ਦਸਤਾਨ ਗਿਆ ਜਿੱਥੇ ਜੋੜਾ ਹੈਗਾ ਉਹਨੂੰ ਉਵੇਂ ਲਾ ਦਿਓ ਉਹ ਨਵਾਬ ਕਬੂਤਰ ਨੇ ਤੁਹਾਡੇ ਵਾਕਈ ਯਾਰ ਕਿਆ ਕੁੰਦਾ ਲੱਗਾ ਹੈ ਇਹਨੂੰ ਮਾਸ਼ਾਅੱਲਾ ਇੰਤਹਾਈ ਅੱਛਾ ਕੁੰਦਾ ਲੱਗਾ ਹੈ ਇਹਨੂੰ ਸਾਜ਼ ਉਲਕਾ ਬੜਾ ਪਸੰਦ ਕਰਦਾ ਇਹਨਾਂ ਕਬੂਤਰਾਂ ਨੂੰ ਹਾਂ ਕਬੂਤਰ ਹੀ ਮਾਸ਼ਾਅੱਲਾ ਬਹੁਤ ਅੱਛੇ ਜਿਹੜੀ ਇਹਨਾਂ ਦੀ ਮਾਂ ਹੈ ਨਾ ਸਾਜ਼ ਉਲਕਾ ਦੇ ਘਰੋਂ ਆਈ ਹੈ 420 ਨੰਬਰ ਸੀ ਹੁੰਦਾ ਅੱਛਾ ਉੱਥੋਂ ਹੀ ਫਿਰ ਤੁਸੀਂ ਨਸਲ ਚਲਾ ਹਾਂਜੀ ਨਾਰ ਉਧਰੋਂ ਆਇਆ ਸੀ ਅਤੇ ਮਾਦੀ ਸਾਜ਼ ਉਲਕਾ ਦੇ ਘਰੋਂ ਆਈ ਸੀ ਫਿਰ ਤੁਸੀਂ ਉੱਥੋਂ ਨਸਲ ਚਲਾਤੀ ਇਹ ਉੱਥੋਂ ਹੀ ਨਸਲ ਦੇ ਮਾਸ਼ਾਅੱਲਾ ਸਾਡੇ ਕੋਲ ਅੱਛੀ ਤਾਦਾਦ 'ਚ ਬਣ ਗਏ ਹਾਂ ਔਰ ਮਜ਼ਾ ਵੀ ਦਿੱਤਾ ਇਹਨਾਂ ਨੇ ਸਹੀ ਇਹਨਾਂ ਨੂੰ ਟੈਡੀਆਂ 'ਚ ਮਿਲਦੇ ਫੇਲ ਹਾਲ ਤਾਂ ਅਸੀਂ ਇਹਨਾਂ ਡਰੈਟ ਹੀ ਡਾਇਆ ਤਾਂ ਡਰੈਟ ਜੇਲ੍ਹ 'ਚ ਚੰਗੇ ਉੱਡੇ ਨੇ ਜਿੱਥੇ ਜਿੱਥੇ ਇਹਦੇ ਬੱਚੇ ਮੈਂ ਦਿੱਤੇ ਨੇ ਇਹਨਾਂ ਦਾ ਕਮਾਲ ਕਰ ਦਿੱਤੇ ਉਸਤਾਦ ਜ਼ੁਲਫਕਾਰ ਦੇ ਆਪ ਘਰ ਪਹਿਲੇ ਬੱਚੇ ਤਾਂ ਉੱਧਰ ਗਏ ਸਨ ਨਾ ਅਤੇ ਉਸਤਾਦ ਜ਼ੁਲਫਕਾਰ ਬਿਹਤਰ ਜਾਣਦਾ ਉਹਨਾਂ ਫਿਰ ਸਾਨੂੰ ਦੱਸਿਆ ਕਿ ਮੇਰੇ ਤੂੰ ਮੇਰੇ ਕੋਲ ਤਾਂ ਮੇਰੇ ਟੈਡੀਆਂ ਨਾਲ ਚੰਗੇ ਕਬੂਤਰ ਉੱਡਦੇ ਨੇ ਐਸੇ ਕਬੂਤਰ ਨੇ ਸਹੀ ਗੱਲ ਅੱਛਾ ਤਿਆਰੀ 'ਚ ਵੀ ਬੜੀ ਜਲਦੀ ਆਉਂਦੇ ਹੁਣ ਇੰਝ ਕਰਕੇ ਚਾਹੇ ਜੇ ਸਮਾਰਟ ਮੈਂ ਇਹਨਾਂ ਦੇ ਉੱਤੇ ਛੱਡੇ ਸਨ 2 ਬੱਚੇ ਮਾਸ਼ਾਅੱਲਾ ਸ਼ਾਮਾਂ ਤੱਕ ਹਾਰ ਦੇ ਵਿੱਚ ਉੱਡੇ ਨੇ ਬੱਚੇ ਸ਼ਾਮਾਂ ਤੱਕ ਵਾਹ ਤੇ ਉੱਤੇ 2 ਪੱਠੀਆਂ ਜਿਹੜੀਆਂ ਉੱਡੀਆਂ ਸਨ ਅਤੇ ਉਸਤਾਦ ਥੱਲੇ ਲਾ ਗਿਆ ਉਹਨਾਂ ਇਹੋ ਜਿਹੇ ਕੋਈ ਡਾਂਦ ਹੈ ਇਹਨਾਂ ਨੂੰ ਥੱਲੇ ਜੋੜੇ ਲਾਓ ਮੈਂ ਸਾਈ ਮੈਂ ਬਾਜ਼ੀਆਂ ਡਾਣੀਆਂ ਚੰਗਾ ਹੋਇਆ ਤਾਂ ਉੱਡਣ ਦੇਣਾ ਸਹੀ ਗੱਲ ਹੈ ਇਹ ਤਾਂ ਦਾਦਨ ਕਿੰਨੇ ਕੁ ਨੇ ਇਹ ਹੈਗੇ ਨੇ ਤਕਰੀਬਨ 12-14 ਹੈਗੇ ਨੇ ਸਾਡੇ ਕੋਲ ਜੋੜੇ ਹੀ ਹਾਂ ਲੋਈ ਕੁੰਦਾ ਵੇਖੋ ਕੈਸਾ ਨਸਲੀ ਕੁੰਦਾ ਲੱਗਾ ਆ ਕਿਆ ਨਸਲੀ ਕੁੰਦਾ ਹੈਗਾ ਹੁਣ ਹੈਗਾ ਸੋਚਿਆ ਇਹਨਾਂ ਟੈਡੀਆਂ ਪਾ ਕੇ ਜ਼ਰਾ ਚੈੱਕ ਕਰਨੇ ਵੀ ਕਿਆ ਕਿਹੋ ਜਿਹਾ ਮਜ਼ਾ ਦਿੰਦੇ ਨੇ ਹਲੇ ਤੱਕ ਪਾਏ ਨਹੀਂ ਨਹੀਂ ਹਜੇ ਤੱਕ ਪਾਏ ਨਹੀਂ ਨੇ ਹੁਣ ਲਾ ਦਿੰਦੇ ਆ ਜੋੜੇ ਵਿੱਚੋਂ ਮਗਰ 2-3 ਪੱਠੇ ਲਾਏ ਨੇ ਤੇਜ਼ੀ ਤੁਜ਼ੀ ਇਹਨਾਂ 'ਚ ਬਹੁਤ ਜ਼ਿਆਦਾ ਹੈ ਹਾਂ ਫੁਰਤੀ 12-17 ਕਬੂਤਰ ਨੇ ਦੇਖੋ ਤੁਸੀਂ ਨੋਕਾਂ ਦੇਖੋ ਹੋ ਗਿਆ ਹੀ ਹੋ ਗਿਆ ਹੀ ਡੋਬ ਵੀ ਫਿਰ ਬੜੀ ਕਰਦੇ ਹੋਣੇ ਜਲਦੀ ਇਹ ਸਮਝ ਲਓ ਕਿ ਕਲੀਆਂ ਜਾਂ ਇਹ ਉੱਡਦੇ ਨੇ ਕਲੀਆਂ 'ਚ ਕਲੀਆਂ ਕਲੀਆਂ 'ਚ ਇੱਕ ਹੁੰਦਾ ਨਾ ਬੱਚੇ ਸਾਫ਼ ਹੋ ਕੇ ਉੱਡਦੇ ਨੇ ਜਾਂ ਉਤਲੀਆਂ ਕਲੀਆਂ ਜਾ ਕੇ ਉੱਡਦੇ ਨੇ ਐਂਜ ਸਪੀਡ ਹੈ 1-2-3 ਬਚਪਨ ਤੋਂ ਉੱਡਣਾ ਸ਼ੁਰੂ ਕਰ ਦਿੰਦੇ ਇੰਝ ਉੱਡਦੇ ਨੇ ਔਰ ਘਾਹ ਨੂੰ ਸਿਆਣੇ ਬੜੇ ਨੇ ਜ਼ਾਇਆ ਘੱਟ ਹੈ ਇਹ ਜ਼ਾਇਆ ਇਹਨਾਂ 'ਚ ਹੈ ਹੀ ਨਹੀਂ ਅੱਛਾ ਬਹੁਤ ਘੱਟ ਜ਼ਾਇਆ ਪਾਉਂਦੇ ਇਹਨਾਂ 'ਚ ਵਾਹ 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 ਸਾਡੀ ਗਫਲਤ ਤੋਂ ਕੁਝ ਚਲਾ ਜਾਵੇ ਤੇ ਅੱਜ ਤਾਂ ਡਿਫਰੈਂਟ ਟੈਡੀ ਕਬੂਤਰ ਵਹਾ ਰਹੇ ਟੈਡੀ ਕਹਿ ਰਹੇ ਡੱਬ ਵਾਲੇ ਵਹਾ ਰਹੇ ਉਹ ਟੈਡੀ ਨਹੀਂ ਜ਼ੇਨ 'ਚੋਂ ਨਿਕਲਦੇ ਪਏ ਹਾਲਾਂਕਿ ਲੋਕਾਂ ਕੋਲ ਵੀ ਡੱਬ ਵਾਲੇ ਨੇ ਅਸੀਂ ਆਪਣੇ ਹਿਸਾਬ ਨਾਲ ਬਣਾਏ ਨੇ ਲੇਕਿਨ ਸਾਨੂੰ ਤਾਂ ਇਹਨਾਂ ਨੇ ਮਜ਼ਾ ਦਿੱਤਾ ਹੈ
ਹੁਣ ਆਜ਼ਮ ਵਾਲੇ ਇਹਦੇ ਇਹਦੇ ਮੈਂ ਦੋ ਕੁ ਪਟਾਈ 'ਚ ਹੈਗੇ ਨੇ। ਆਜ਼ਮ ਨੂੰ ਪੁੱਛੋ ਆਜ਼ਮ ਸਾਹਿਬ ਕਿੰਨੇ ਕੁ ਉੱਡੇ ਨੇ ਉਹ। ਅੱਛਾ ਸੇਮ ਡਾਈ, ਸੇਮ ਡਾਈ, ਇੱਕੋ ਹੀ ਡਾਈ। ਅੱਛਾ ਟੈਡੀਆਂ ਨਾਲ ਇਹਨਾਂ ਦਾ ਵਜੂਦ ਨਹੀਂ ਮਿਲਦਾ, ਭਾਵੇਂ ਤੁਸੀਂ ਕਹੀ ਜੋ, ਲੇਕਿਨ ਇਹ ਵਜੂਦ ਇਹਨਾਂ ਦਾ ਆਪਣਾ ਹੀ ਹੈ। ਇੱਕ ਹੱਥ ਮੇਰੇ ਖਿਆਲ ਨਾਲ ਟੈਡੀ ਤੋਂ ਵੀ ਸਮਾਰਟ ਨੇ, ਗਲਤ ਤੇ ਨਹੀਂ ਕਰਦੇ। ਜਿਵੇਂ ਬੋਤਲ ਬੰਦ ਨਹੀਂ ਹੁੰਦੀ, ਇਹ ਉਂਝ ਦੇ ਕਬੂਤਰ ਨੇ। ਟੈਡੀਆਂ ਦੇ ਵਿੱਚ ਆ ਰਿਹਾ ਸੀ ਨਾ ਦਰਮਿਆਨਾ ਕੁੰਦਾ, ਇੰਨਾ ਇਤਰਾਜ਼ ਹੀ ਆ ਰਿਹਾ ਸਾਰਾ। ਇੰਜ ਸ਼ੇਪਾਂ ਬੜੀਆਂ ਮਜ਼ੇਦਾਰ ਨੇ, ਇੰਜ ਪਿੱਛੋਂ ਬੰਦ ਹੁੰਦੇ ਜਾਂਦੇ ਨੇ, ਬਹੁਤ ਮਜ਼ੇਦਾਰ ਸ਼ੇਪ ਹੈਗੀ। ਹਰੀਫ ਆਪਣੇ ਕਿਹੜੇ ਨੇ, ਕਿਹਨਾਂ ਨਾਲ ਬਾਜ਼ੀਆਂ ਸ਼ਾਜ਼ੀਆਂ ਉੜਦੀਆਂ? ਅਸੀਂ ਲਾਹੌਰ ਲੈਵਲ ਦੇ ਕੱਪਾਂ 'ਚ ਐਂਟਰੀਆਂ ਦੇ ਦੀਆਂ ਨੇ, ਥਰੇ ਦੀਆਂ ਬਾਜ਼ੀਆਂ ਜਿਹੜੀਆਂ ਆਪਣਾ ਪੈਕੇਜ ਦੀਆਂ ਬਾਜ਼ੀਆਂ ਸਾਰੀਆਂ ਛੱਤਾਂ ਦਿੰਦੇ ਨੇ, ਉਹਨਾਂ ਨਾਲ ਸਾਡੀ ਬਾਜ਼ੀਆਂ ਥੜੇ ਦੀਆਂ ਪੈਕੇਜ ਥਰੇ ਦੀਆਂ ਵੀ ਲੱਗ ਜਾਂਦੀਆਂ। ਮੁੰਤਜ਼ਰ ਨਾਲ ਸਾਡੀਆਂ ਉੱਡਦੀਆਂ ਨੇ। ਠੀਕ ਹੋ ਗਿਆ, ਫਿੱਕੇ ਵੀ ਨਿਕਲ ਆਉਂਦੇ, ਗੂੜੇ ਵੀ ਨਿਕਲ ਆਉਂਦੇ। ਖੂਬਸੂਰਤੀ ਲੈ ਕੇ ਬਹਿ ਜਾਈਏ ਉਡਣ ਨਾ ਘੈਂਟਾ ਵੀ, ਤੇ ਫਿਰ ਉਹਨਾਂ ਕਬੂਤਰਾਂ ਦਾ ਫਾਇਦਾ ਕੀ ਸਾਨੂੰ? ਸਹੀ ਕਹਿ ਰਹੇ। ਮਜ਼ਾ ਤਾਂ ਦਿੰਦੇ ਨੇ ਨਾ ਜਦੋਂ ਦੁਨੀਆਂ ਦੇ ਨਾਲ ਉੱਡ ਕੇ ਆਣ। ਵੇਖ ਲਓ ਯਾਰ, ਇਹ ਤੁਸੀਂ ਖੁੱਡੇ ਜੀ ਚਲੋ, ਇਹਨਾਂ ਦੇ ਬੜੇ ਮਜ਼ੇਦਾਰ ਨੇ, ਖੁੱਡੇ ਜੀ ਚਲੋ, ਤੁਸੀਂ ਇਹ ਫੜ ਨਹੀਂ ਸਕਦੇ। ਕਬੂਤਰ ਤਿੱਖੇ ਕਬੂਤਰ ਹੈਗੇ ਨੇ, ਨੂਰ ਬੜੇ ਮਜ਼ੇਦਾਰ ਨੇ, ਅੱਖਾਂ ਦੇ ਵਿੱਚ ਜਰਕਾ, ਪਲਕਾਂ ਦੀ ਗ੍ਰਿਪ ਪੂਰਾ ਜਕੜਿਆ ਹੋਇਆ ਨੇ। ਅਲੱਗ ਬੜੇ ਵੱਡੇ ਡਾਇਲ ਦਾ ਕਬੂਤਰ ਹੈ, ਇਹ ਚੈੱਕ ਕਰੋ ਕੁੰਦੇ, ਵੇਖੋ ਕੀ ਕੁੰਦੇ ਲੱਗੇ। ਇਹ ਲੋ ਪੂਰਾ ਖੋਲ ਕੇ ਹੀ ਖਾਣਾ ਤਾਂ ਬਹੁਤ ਅਲੱਗ ਹੁੰਦੇ ਮਾਸ਼ਾ। ਗੋਲ ਟੇਲਾਂ ਹੈਗੀਆਂ ਸਨੀ ਉਰਾ, ਬਹੁਤ ਹੀ ਅਲੱਗ ਉਥੋਂ ਨਾ ਸਿਗਰਟ ਪੀ ਲੋ, ਮੈਂ ਕੈਮਰਾ ਨੀ ਮਾਰਦਾ ਅੱਜ ਕੱਲ, ਯੂਟਿਊਬ ਨਾ ਜਰਾ ਸਖਤੀ ਕੀਤੀ ਹੋਈ ਉਹਨੇ। ਅੱਛਾ ਅੱਛਾ, ਅੱਛਾ ਇੱਕ ਵੀ ਅੱਖ ਐਸੀ ਨਹੀਂ ਆਈ ਜਿਹੜੀ ਮੱਧਮ ਹੋਏ, ਡਿਮ ਅੱਖ ਹੋਏ, ਸਾਰੀਆਂ ਰੋਸ਼ਨ ਅੱਖਾਂ, ਇਹ ਸਾਰੇ ਇੱਕੋ ਹੀ ਨਿਕਲਦੇ ਨੇ, ਲਾਈਟਾਂ ਬਲਬਾਂ ਮਾਰਦੇ ਨੇ। ਸ਼ੁਰੂਆਤੀ ਕਿੰਨੇ ਕੁ ਜੋੜੇ ਆ ਤੋਂ ਇਹ ਕੰਮ ਸਟਾਰਟ ਹੋਇਆ ਆ? ਇਹ ਇੱਕੋ ਜੋੜੇ ਤੋਂ ਬਣੇ ਸਨ, ਤੇ ਇਹ ਆਪਣਾ ਜਦੋਂ ਇਹਨਾਂ ਬੱਚੇ ਉੱਡੇ ਨੇ ਤੇ ਫਿਰ ਅਸੀਂ ਇਹਨਾਂ ਵਧਾ ਲਿਆ। ਮੈਂ ਵੀ ਇਹਦਾ ਕਮਾਲ, ਇਹ ਵੀ ਆਏ ਉਸਤਾਦ ਵੱਲੋਂ ਹੀ ਸੀ? ਨਹੀਂ, ਇਹ ਮਾਂ ਸਾਦ ਲਾਈ ਤੇ ਮੀਆਂ ਸਾਦ ਦੇ ਨਾਲ ਸੀ ਅਖਤਰ ਹੈਗਾ, ਤੇ ਉਹ ਕਬੂਤਰ ਹੁੰਦੇ ਤੋਂ ਆਇਆ ਸੀ ਨਰ ਤੇ ਚੋਈਸਾ ਵਾਲਾ, ਉਹ ਮੀਆਂ ਸਾਹਿਬ ਵਾਲਾ ਸੀ, ਮੀਆਂ ਵਾਲਾ ਕਬੂਤਰ। ਇਹਨਾਂ ਦਾ ਪਿਓ 1.5 ਲੱਖ, ਇਹਨਾਂ ਦਾ ਦਾਦਾ ਜਿਹੜਾ ਸੀ ਨਾ ਦਾਦਾ, ਉਹ 1.5 ਲੱਖ ਰੁਪਏ ਦਾ ਆਇਆ ਸੀ, ਬਲਕਿ ਪੜਦਾਦਾ ਸੀ ਉਹਨਾਂ ਦਾ, ਲੱਕੜ ਦਾਦਾ ਹੈਗਾ। ਹਾਂ, ਹੋਰ ਪਿੱਛੇ ਲਾਈਓ, ਇਹ ਫੜੋ ਜ਼ਰਾ। ਹੈਲੋ, ਟਿਟਾ ਉੱਤੇ ਛੱਤ। ਅੱਛਾ, ਇਹ ਮੁਸ਼ਾਬਤਾਂ ਦਿੰਦੇ ਨੇ ਫਿਰ ਵੀ ਮੀਆਂ ਸਾਹਿਬ ਵਾਲੇ ਡੱਬ ਵਾਲਿਆਂ ਨਾਲ, ਉੱਤੇ ਆ ਜਾ ਉੱਤੇ ਛੱਤ। ਵੱਡਾ ਜੋੜਾ ਹਲੇ ਪਿਆ? ਹਾਂ, ਵੱਡਾ ਜੋੜਾ ਪਿਆ ਯਾਰ, ਉਹ ਤੇ ਵਾਓ, ਫਿਰ ਸੰਤ ਕਾਓ ਮੰਦ ਹੋਣਾ। ਪਹਿਲੇ ਉਹਨਾਂ ਦੇ ਧੀਆਂ ਪੁੱਤਰ ਤਾਂ ਵੇਖ ਨਾ, ਤੇ ਮੇਨ ਜਿਹੜਾ ਆਇਆ ਸੀ ਨਰ ਮੀਆਂ ਸਾਹਿਬ ਵੱਲੋਂ, ਉਹ ਕਬੂਤਰ ਮਰ ਗਿਆ। ਅੱਛਾ, ਉਹ ਮਰ ਗਿਆ, ਉਹਦਾ ਪੱਠਾ ਹੈਗਾ, ਉਹਦਾ ਪੱਠਾ ਕੋਈ ਉਹਦੇ ਵਰਗਾ ਹੀ ਵਾਓ, ਸੇਮ ਉਹਦੇ ਵਰਗਾ ਵਾਓ ਗਈ ਦਹਾਨ ਹੈ ਤੁਹਾਨੂੰ।
ਉਹ ਵੱਡਾ ਕਬੂਤਰ ਫੜੀ ਜ਼ਰਾ ਇਹਨਾਂ ਜੇ ਇੱਕ ਮਧਮ ਆਖਦਾ ਨਿਕਲਿਆ ਉਹ ਤੁਹਾਡੇ ਕੋਲ ਅੱਛਾ ਇੱਕ ਅਸੀਂ ਸਰਦਾਰ ਸਾਹਿਬ ਵੱਲ ਵੇਖਿਆ ਸੀ ਆਹੋ ਉਹ ਇਹਨਾਂ ਦਾ ਭਰਾ ਹੈ ਉਹ ਕੋਈ ਟੱਚ ਦਿੱਤਾ ਹੋਇਆ ਸੀ ਉਹਦਾ ਚਿੱਟੀ ਅੱਖ ਦਾ ਸੀ ਨਹੀਂ 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 ਇਸ ਜੋੜੇ 'ਚ ਨਿਕਲਿਆ ਇਹ ਵੀ ਇਹਦੇ 'ਚੋਂ ਨਿਕਲਿਆ ਕਰੀਮੀ ਪਨ ਆ ਆ ਗਿਆ ਜੇ ਸਹੀ ਇਹ ਤਾਂ ਉਡਾ ਕੇ ਰੱਖਿਆ ਨਾ ਪੱਠਾ ਅੱਛਾ ਉੱਡਿਆ ਇਹ ਉੱਡਿਆ ਇਹਨੇ ਕਾਬੂ ਹੀ ਨਹੀਂ ਆਇਆ ਤੇ ਇਹਨੂੰ ਮੈਂ ਇਹਨੂੰ ਜੋੜੇ ਲਾਣੇ ਫਿਰ ਇਹਨੂੰ ਰਾਤ ਰਹਿ ਜਾਂਦਾ ਸੀ ਰਾਤ ਰਹਿ ਜਾਂਦਾ ਸੀ ਓਹੋ ਦੇਖਦੇ ਪਏ ਇਹਨਾਂ ਦੀ ਸ਼ੇਪਸ ਕੀ ਮਜ਼ੇਦਾਰ ਹੈਗੀਆਂ ਨੇ ਇੰਜ ਗੋਲ ਗੋਲ ਵਜੂਦਾਂ ਦੇ ਕਬੂਤਰ ਨੇ ਅੱਛੀਆਂ ਸ਼ੇਪਾਂ ਦੇ ਇਹ ਉੱਡਿਆ ਡਾਇਆ ਰੱਖਿਆ ਹੈ ਮਲੈਮ ਇਹ ਵੀ ਬਹੁਤ ਜ਼ਿਆਦਾ ਹੈਗਾ ਮਲਕ ਇਹਨਾਂ ਨੂੰ ਦਿਖਾ ਆਪਣਾ ਇਹਨਾਂ ਦਾ ਇਹਨਾਂ ਦਾ ਮਾਂ ਪਿਓ ਕਿਆ ਬਾਤ ਅੱਛਾ ਇਹਨਾਂ ਦੇ ਵਿੱਚ ਕਦੀ ਕਾਲੀ ਕਾਲੀ ਨੋਕ ਨਹੀਂ ਨਿਕਲੀ ਨਹੀਂ ਅਲਫ ਨੋਕੇ ਨਿਕਲ ਆਉਂਦੇ ਅਲਫ ਨੋਕੇ ਨੇ ਸਾਰੇ ਸਾਰੇ ਦੇਖੇ ਨੇ ਤੁਸੀਂ ਅਲਫ ਨੋਕੇ ਨੇ ਉਹ ਵੱਡਾ ਕਬੂਤਰ ਫੜ ਇਹਨਾਂ ਦਾ ਪਿਓ ਚੈੱਕ ਕਰ ਕਿਸਾ ਮਜ਼ਦਾਰ ਕੁੰਦਾ ਹੈਗਾ ਮੈਂ ਕਹਿੰਦਾ ਲਾਲ ਅੱਖਿਆਂ ਦੀ ਵੀ ਅਖੀਰ ਹੋ ਗਈ ਤੇ ਟੈਡੀਆਂ ਦੀ ਤੇ ਮਾਸ਼ਾਅੱਲਾ ਜੀ ਕਮਾਲ ਹੈ ਟੇਡੇ ਨੇ ਚਿੱਟੇ ਨੇ ਉੱਤੋਂ ਪੂਰੇ ਜਾਲਦਾਰ ਨੇ ਅੱਛਾ ਇਹ ਇੱਕ ਡਿਫਰੈਂਟ ਕਲਰ ਆਇਆ ਹਨਾ ਇਹ ਵੀ ਇਹਨਾਂ ਚੀਜ਼ਾਂ ਲੇਕਿਨ ਇਹ ਵਿੱਚੋਂ ਲੈਦਾ ਨਿਕਲਿਆ ਇਹ ਕਿਵੇਂ ਲੈਦਾ ਨਿਕਲਿਆ ਮਾਂ ਦਾ ਫਰਕ ਮਾਂ ਦਾ ਫਰਕ ਮਾਂ ਕਿ ਬਾਹਰੋਂ ਪਾਈ ਸੀ ਨਹੀਂ ਆਜ਼ਮ ਮੈਨੂੰ ਲਿਆਂਦੇ ਸੀ ਅੱਛਾ ਅੱਛਾ ਉਹ ਕਿਹੜੇ ਕਬੂਤਰਾਂ ਦੇ ਸੀ ਉਹ ਦੀਵਾਨੇ ਕਬੂਤਰ ਸਨ ਉਹ ਕਿਹੜੇ ਨੇ ਦੀਵਾਨੇ ਉਹ ਦੀਵਾਨੇ ਬੜੇ ਪੁਰਾਣੇ ਕਬੂਤਰ ਮੇਰੇ ਚੱਲੇ ਆ ਲੈ ਪਹਿਲਾਂ ਉਹ ਤੁਹਾਡੇ ਆਪਣੇ ਨੇ ਹਾਂ ਇੱਕ ਬੱਚਾ ਆਇਆ ਫੜਿਆ ਸੀ ਉਹਦੇ ਤੋਂ ਚੱਲੇ ਉਹ ਕਿ ਚੀਨੀ ਹੈਗੇ ਨੇ ਨਹੀਂ ਉਹ ਵੀ ਦਾਪਾ ਟੈਡੀ ਕ੍ਰਾਸ ਇਹ ਉਹਨਾਂ ਨਾਲੋਂ ਇਹ ਕਬੂਤਰ ਇਹ ਨਿਕਲੇ ਉਹ ਹਰ ਸਾਲ ਮੇਰੇ ਇੱਕ ਦੋ ਬਾਜ਼ੀ ਜ਼ਰੂਰ ਆਉਂਦੇ ਦੀਵਾਨੇ ਸਾਰੇ ਥੱਲੋਂ ਢਿੱਡ ਵੇਖ ਲੋ ਚਿੱਟੇ ਹੈਗੇ ਇਹਦਾ ਦੀਵਾਨੇ ਥੋੜੇ ਕੱਦ ਦੇ ਵੱਡੇ ਹੈਗੇ ਨੇ ਹਨਾ ਆਹੋ ਵਾਲੇਕੁਮ ਸਲਾਮ ਬੈਠੋ ਆਇਓ ਲੋ ਜੀ ਦੋਸਤੋ ਚੈੱਕ ਕਰੋ ਅੱਛਾ ਇਹਨਾਂ ਦੀ ਅੱਖਾਂ ਦੇ ਰਿੰਗ ਰੁੰਗ ਵੀ ਹੈ ਦੀਵਾਨਿਆਂ ਦੇ ਇਹ ਵੀ ਨਜਾਬ ਨੇ ਇਹ ਸਮਝ ਲਓ ਕਿ ਅਗਰ ਉਹ ਅੱਛੇ ਨੇ ਤੇ ਉਹਨਾਂ ਤੋਂ ਢੇਰ ਅੱਛੇ ਨੇ ਉਹ ਸੇਰ ਨੇ ਤੇ ਸਵਾ ਸੇਰ ਹਾਂ ਵਾਹ ਇਹਦਾ ਇੱਕ ਸੱਕੇ ਇਹਦੀ ਸੱਕੀ ਭੈਣ ਨਾ ਮੈਂ ਆਪਣੇ ਕਜ਼ਨ ਨੂੰ ਦਿੱਤੀ ਸੀ ਮੈਨੂੰ ਕਹਿੰਦਾ ਯਾਰ ਕਬੂਤਰ ਕਿਹੜੇ ਨੇ ਉਹਦੇ ਕੋਲ ਸ਼ਾਮਾਂ ਦਾ ਅਗਰ ਬੱਚਾ ਉੱਡਿਆ ਮਾਸ਼ਾਅੱਲਾ ਕਿਆ ਬਾਤ ਹੈ ਇਹ ਸਾਡੇ ਦੋਸਤ ਆਏ ਨੇ ਭਰਾ ਆਏ ਨੇ ਜ਼ਰਾ ਤਾਰਫ ਤੇ ਕਰਵਾਓ ਇਹਨਾਂ ਦਾ ਇਹੀ ਸਾਡਾ ਗੁੱਜਰ ਭਰਾ ਹੈ ਇਸ਼ਫਾਕ ਪੁਲਿਸ 'ਚ ਹੁੰਦੇ ਨੇ ਮਾਸ਼ਾਅੱਲਾ ਕਿਆ ਬਾਤ ਇਹ ਐ ਲੈ ਇਹ ਵੀ ਭਰਾ ਹੈ ਆਪਣਾ ਦੋਸਤ ਇਹ ਹੈਗਾ ਚਿਸ਼ਤੀਆਂ ਦਾ ਮੰਡੀ ਚਿਸ਼ਤੀਆਂ ਵਿੰਚਨਾਬਾਦ ਦਾ ਵਿੰਚਨਾਬਾਦ ਦਾ ਠੀਕ 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 ਅੱਛਾ ਸਾਰਿਆਂ ਦੀ ਮਾਂ ਹੀ ਇਹ ਜਿਹੜੇ ਤੁਸੀਂ ਪੱਠੇ ਵੇਖੇ ਨੇ ਲਾਲ ਅੱਖਾਂ ਉਹਨਾਂ ਦੀ ਮਾਂ ਆਇਆ ਜੇ ਇਹ ਸਾਦ ਦੇ ਘਰੋਂ ਆਈ ਸੀ ਸਾਦ ਉਪਕਾਰ ਦੇ ਹਾਂ ਇਹ ਉਸ ਵੱਡੇ ਨਰ ਦਾ ਮੀਆਂ ਸਾਹਿਬ ਵਾਲਿਆਂ ਨਾਲ ਲੱਗੀ ਸੀ ਹਾਂਜੀ ਇਹ ਉਹਨਾਂ ਨਾਲ ਲੱਗੀ ਸੀ ਤੇ ਅੱਗੋਂ ਪੱਠੀਆਂ ਪੱਠੇ ਜਿਹੜੇ ਤੁਸੀਂ ਦੇਖੇ ਨੇ ਇਹਦੇ ਨੇ ਅੱਛਾ ਨਰ ਮਰ ਗਿਆ ਮਾਦੀ ਹਲੇ ਵੀ ਤੁਹਾਡੇ ਕੋਲ ਨਹੀਂ ਜਿਹੜਾ ਇਹਦੇ ਨਾਲ ਨਰ ਲੱਗਿਆ ਨਾ ਉਹਦਾ ਬਾਪ ਮਰ ਗਿਆ ਅੱਛਾ 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 ਅੱਗੋਂ ਉਹਦਾ ਪੁੱਤਰ ਜਿਹੜਾ ਨਾ ਉਹ ਇਹਦੇ ਨਾਲ ਲੱਗਾ ਉਸ ਨਰ ਨਾਲ ਕੀ ਲੱਗਾ ਸੀ ਉਹ ਵੀ ਮਿਜ਼ੁਲਫੀ ਸਾਹਿਬ ਦੇ ਘਰ ਦੀ ਸੀ ਮਾਦੀ ਨਹੀਂ 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 ਉਹ ਮਾਦੀ ਜਿਹੜੀ ਸੀ ਉਹ ਇੱਕ ਦੋਸਤ ਸੀ ਉਹਦੇ ਮੈਂ ਘਰੋਂ ਲੈ ਕੇ ਆਉਂਦੀ ਸੀ ਇਹੋ ਜੀ ਸੀ
ਨਹੀਂ ਉਹ ਕਮੱਗਰ ਸੀ। ਅੱਛਾ ਉਹ ਕਮੱਗਰ ਸੀ। ਉਹ ਕਮੱਗਰ ਸੀ ਉੱਤਰ ਦੇ ਹੀ ਉਹਨਾਂ ਦੇ ਜਿਹੜੇ ਅਲਫ ਨੋਕੇ ਆ ਰਹੇ ਉਹ ਜਿਹੜੇ ਕਾਂਟੇ ਨਜ਼ਰ ਆ ਤਾਂ ਕਮੱਗਰ ਆ ਰਹੇ ਨੇ। ਹਾਂ ਹਾਂ ਐਨੇ ਫਿਰ ਪੂਰੇ ਜਾਲ ਬਣਾਤੇ ਅੱਗੋਂ ਫਿਰ ਜਾਲਦਾਰ ਜਿਹੜੇ ਇਹਨਾਂ ਛਾਪ ਦਿੱਤਾ ਜੋੜ ਜੋੜ ਤੇ ਬੜੇ ਵੱਧ ਹੈਗੇ ਨੇ ਉਸਤਾਦ ਬੜੇ ਨਜਾਬ 420 ਕਬੂਤਰ ਨੇ ਅਸੀਂ ਬਲਕਿ ਕੜੀ ਵੀ 420 ਹੀ ਪਾਈ ਇਹਨਾਂ ਨੂੰ ਕਿਆ ਇਸ ਮਾਦੀ ਦੇ ਨਾਂ ਦੀ ਮਾਸ਼ਾ ਅੱਲਾਹ ਲੋਈ ਮਾਦੀ ਚੈੱਕ ਕਰੋ ਫੁਲਕੀ ਮਾਦੀ ਬਿਲਕੁਲ ਵੇਟਲੈਸ ਮਾੜੀ ਕਿੰਨੀ ਏਜ ਹੋ ਗਈ ਇਹਦੀ ਇਹ ਵੀ ਤਕਰੀਬਨ ਮਾਦੀ ਹੈਗੀ ਮੈਂ 7-8 ਸਾਲ ਦੀ ਹੈਗੀ ਨਹੀਂ 5 ਸਾਲ ਦੀ ਹੈਗੀ ਅੱਛਾ ਇਹ ਬਣਾਏ ਥੋੜ੍ਹੀ ਦੇਰ ਹੀ ਹੋਈ ਹਾਂ ਇਹ ਥੋੜ੍ਹੀ ਦੇਰ ਹੋਈ ਇਹ ਜ਼ਿਆਦਾ ਦੇਰ ਨਹੀਂ ਲਾਲ ਅੱਖੇ ਬਣਾਏ ਲੇਕਿਨ ਸਾਨੂੰ ਤਾਂ ਇਹਨਾਂ ਬੜਾ ਮਜ਼ਾ ਦਿੱਤਾ ਠਰਕ ਪੂਰਾ ਕਰਾ ਕੇ ਨੇ ਹਾਂ ਸਾਨੂੰ ਤਾਂ ਇਹਨਾਂ ਟੈੜੀਆਂ ਨਾਲ ਜ਼ਿਆਦਾ ਮਜ਼ਾ ਦਿੱਤਾ ਰੋਲੇ ਤੇ ਗਏ ਪਰ ਚੱਸ ਪੂਰੀ ਹਾਂ ਚੱਸ ਚੰਗੀ ਲੈ ਲਈ ਦੇਖਣਾ ਹੁਣ ਇਹਦਾ ਜਿਹੜਾ ਨਾਲ ਜਿਹੜਾ ਨਾਰਲ ਆਇਆ ਸੀ ਦੇਖੋ ਸਰ ਤੁਹਾਡਾ ਫੇਲ ਕਿਹੜਾ ਹੋਇਆ ਮੈਨੂੰ ਇਹ ਦੱਸੋ ਪਹਿਲੇ ਮੁੰਡੇ ਸਾਰੇ ਤੁਹਾਡੇ ਕਿਸੇ ਕਬੂਤਰ ਦੀ ਕਮੀ ਪੇਸ਼ੀ ਆਈ ਕੀ ਬਾਤ ਹੈ ਕਿਸੇ ਜੀ ਵੀ ਨਹੀਂ ਆਈ ਇਹ ਜੀ ਨਾਰ ਜੇ ਹੁੰਦਾ ਉਹ ਜਿਹੜਾ ਉਹ ਲੱਖ ਦਾ ਕਬੂਤਰ ਆਇਆ ਇਹ ਹੁੰਦਾ ਸਮਝ ਲਓ ਕਿ ਉਹ ਇਹਦਾ ਦਾਦਾ ਸੀ ਇਹਦਾ ਦਾਦਾ ਸੀ ਇਹਦਾ ਦਾਦਾ ਸੀ 1.5 ਲੱਖ ਦਾ ਕਬੂਤਰ ਆਇਆ ਸੀ ਉਹ ਅੱਛਾ ਉਹ ਕਾਲੀ ਨੋਕ ਜੀ ਸੀ ਦੱਬ ਵਾਲਾ ਨਹੀਂ ਉਹ ਵੀ ਐਵੇਂ ਮੋਮੀ ਨੋਕ ਜੀ ਕਬੂਤਰ ਸੀ ਆਇਆ ਮੀਆਂ ਸਾਹਿਬ ਕੋਲ ਮੀਆਂ ਸਾਹਿਬ ਦੇ ਕਰੋ ਕਿੰਨੀ ਦੇਰ ਪਹਿਲੇ ਦੀ ਗੱਲ ਕਰ ਇਹ ਤਕਰੀਬਨ 12-14 ਸਾਲ ਹੋ ਗਏ ਨਾ ਮੀਆਂ ਜ਼ਿਆਦਾ ਹੋ ਗਏ ਨੇ 15 ਸਾਲ ਤੋਂ ਉੱਤੇ ਹੋ ਗਿਆ ਅਸੀਂ ਡਾਇਰੈਕਟ ਮੀਆਂ ਸਾਹਿਬ ਦੇ ਘਰੋਂ ਲੈ ਕੇ ਆਏ ਸਾਂ ਤੇ ਅਲਫ ਨੋਕ ਚ ਸੀ ਅਲਫ ਨੋਕ ਚ ਸੀ ਲੋ ਜੀ ਇਹ ਵੀ ਇਹਦਾ ਦਾਦਾ ਸੀ ਉਹ ਜਿਹੜਾ 1.5 ਲੱਖ ਦਾ ਆਇਆ ਸੀ ਕਬੂਤਰ ਤਾਂ 6.5 ਲੱਖ ਦੇ ਲਏ ਸਨ ਤਕਰੀਬਨ 5 ਸਨ ਆ 5 ਕਬੂਤਰ ਆਏ ਸਨ ਤੇ ਉਹ ਇਕੱਲਾ ਇਹਦਾ ਜਿਹੜਾ ਦਾਦਾ ਸੀ ਉਹ 1.5 ਲੱਖ ਦਾ ਸੀ ਸਾਡੇ ਮਾਮਾ ਸੀ ਉਹ ਚੌਧਰੀ ਅਖਤਰ ਉਹਨੂੰ ਬੜਾ ਸ਼ੌਕ ਸੀ ਉਹਨੇ ਕਦੀ ਪੈਸੇ ਹੀ ਨਹੀਂ ਦੇਖੇ ਉਹਨੇ ਕਬੂਤਰ ਅੱਛੇ ਵੇਖੇ ਉਹਨੇ ਲੈ ਲਏ ਫਿਰ ਉੱਥੋਂ ਮੈਂ ਪੱਠਾ ਇੱਕ ਲੈ ਕੇ ਆਉਂਦਾ ਸੀ ਹਾਲਾਂਕਿ ਉਹ ਸਾਡਾ ਮਾਮਾ ਜਿਹੜਾ ਨਾ ਕਿਸੇ ਨੂੰ ਕਬੂਤਰ ਨਹੀਂ ਦਿੰਦਾ ਅਸੀਂ ਬਣੇਵੇਂ ਸਾਂ ਸਾਡੇ ਤੋਂ ਉਹਨੇ ਮਿਹਰਬਾਨੀ ਕੀਤੀ ਉਹਨੇ ਆਇਆ ਚੱਲ ਪੁੱਤਰ ਜਿਹੜਾ ਦਿਲ ਕਰਦਾ ਇਹਨਾਂ ਪੱਠਾ ਤੈਨੂੰ ਪਸੰਦ ਆਉਂਦਾ ਲੈ ਲਾ ਹੁਣ ਮਾਮਾ ਤੁਹਾਡਾ ਤੇ ਨਹੀਂ ਨਾ ਰੋਕ ਸਕਦਾ ਨਹੀਂ 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 ਸਾਡੇ ਕੋਲ ਉਹੀ ਲੱਗੇ ਆਉਂਦੇ ਨੇ ਅੱਛਾ ਉਹਦੇ ਵੀ ਪਰਾਂ ਸਲੇਟੀ ਸਲੂਟੀ ਪਾ ਰਹੇ ਸੀ ਬੜੇ ਜ਼ਿਆਦਾ ਜਿਵੇਂ ਇਹਦੇ ਪਰਾਂ 'ਚ ਇਹਦੀ ਮਾਂ ਜਿਹੜੀ ਸੀ ਨਾ ਉਹ ਹੋ ਗਈ ਸੀ ਘਮੱਗਰ ਅੱਛਾ ਉਹਦੇ ਸਲੇਟੀ ਸੀ ਪਰ ਨਯਾ ਮਾਦੀ ਸੀ ਘਮੱਗਰ ਨਾ ਕਾਂਟੇ ਆਉਂਦੇ ਨੇ ਉਹ ਹੀ ਨਾ ਘਮੱਗਰ ਨੇ ਲੇਕਿਨ ਕਬੂਤਰ ਡੱਬ ਵਾਲਾ ਸੀ ਬੜਾ ਨਯਾਬ ਨਾ ਰਹਿ ਗਿਆ ਹਾਂਜੀ ਸਰ ਐ ਗੋ ਉਹਨਾਂ ਦੀ ਧੀ ਜੇ ਭੈਣ ਬਿਲਕੁਲ ਇੱਕ ਮੱਗਰ ਲੱਗੇਗੀ ਇਹ ਪਿੱਛੇ ਚਲੇ ਗਈ ਹੈ ਨਾ ਨਾ ਬੈਗ ਚਲੇ ਗਈ ਮਾਦੀ ਛੇ ਹੱਥ ਆ ਕੇ ਗੁੱਸਾ ਫਿਰ ਵੀ ਕਰ ਜਾਂਦੇ ਕਬੂਤਰ ਜ਼ਿਆਦਾਤਰ ਨਾ ਹੱਥ 'ਚ ਆਏ ਨਹੀਂ ਹੈਗੇ ਅਤੇ ਦੂਜਾ ਹੈ ਕਿ ਫਰਿੰਦੇ ਨਹੀਂ ਹੈਗੇ ਇਹ ਖੁੱਡਿਆਂ ਦੇ ਵਿੱਚ ਵੀ ਨਹੀਂ ਫਰਿੰਦੇ ਕੀ ਤਿੱਖਾ ਪਾਉਂਦੇ ਇਹਦੇ ਅੰਦਰ ਉਹ ਜ਼ਮੀਨ ਚੈੱਕ ਕਰੋ ਕੈਸੀ ਸਫੇਦ ਜ਼ਮੀਨ ਹੈਗੀ ਬਹੁਤ ਹੀ ਸ਼ਾਨਦਾਰ ਬਹੁਤ ਹੀ ਆਲਾ ਜ਼ਰੇ ਛੱਟੇ ਲਾਲ ਹੀ ਨੇ ਚੈੱਕ ਕਰੋ ਕੁੰਦਾ ਇਹਨਾਂ 'ਚ ਫੁੱਲ ਸਿਰੇ ਵੀ ਨਿਕਲਦੇ ਜੇ ਚੀਨੇ ਮੈਂ ਤੁਹਾਨੂੰ ਪੱਠੀ ਦਿਖਾਉਣਾ ਵਾ ਅੱਛਾ ਜੀ ਹਾਂ ਇਹ ਡੱਬਾ ਲਿਆ ਜੋ ਹਾਂ ਕਿਤੇ ਇੱਕ ਅੱਧਾ ਇੱਕ ਅੱਧਾ ਆਹੋ ਜ਼ਿਆਦਾ ਨਹੀਂ ਤੂੰ ਅੱਖਾਂ ਵੀ ਤੇਜ਼ ਰੱਖਦੇ ਨੇ ਜਿਹੜੇ ਫੁੱਲ ਸਿਰੇ ਨੇ ਆਹੋ ਉਹ ਕਿਤੇ ਕਿਤੇ ਨਿਕਲਾਂ ਕਿਤੇ ਕਿਤੇ ਮੈਂ ਤੁਹਾਨੂੰ ਦਿਖਾਉਣਾ ਵਾ ਇਹ ਹੁਣ ਦੇਖੋ ਇਹ ਮੈਂ ਕਬੂਤਰ ਆ ਜਿਹੜਾ ਮੇਰਾ 6 ਸਾਲ ਕਬੂਤਰ ਉੱਡਿਆ ਮਾਸ਼ਾਅੱਲਾ ਇਹਨੇ 5 5.5 7 ਤੱਕ ਕਬੂਤਰ ਗਿਆ ਨਹੀਂ ਜ਼ਾਇਆ ਹੋਇਆ ਕਬੂਤਰ ਮੇਰਾ
ਅਲੱਗ ਟੈਡੀਆਂ ਦੇ ਬਾਰੇ ਮਸ਼ਹੂਰ ਹੈ ਕਿ ਇਹ 2 ਸਾਲ ਹੀ ਉੱਡਦੇ ਨੇ ਫਿਰ ਚਲੇ ਜਾਂਦੇ ਨੇ ਨਹੀਂ 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 ਜੀ ਇਹ ਮੇਰਾ ਕਬੂਤਰ 5 ਸਾਲ ਲਗਾਤਾਰ ਕਬੂਤਰ ਉੱਡਿਆ ਲੋ ਜੀ ਮਜ਼ਾ ਦੇਤਾ ਇਹਨਾਂ ਕਬੂਤਰ ਨੇ ਮੈਨੂੰ ਤੇ ਮੈਂ ਕੀ ਸੋਚਿਆ ਇਹਨੂੰ ਮੈਂ ਜੋੜੇ ਲਾ ਲਾ ਮੈਂ ਕਬੂਤਰ ਨਹੀਂ ਲਾਣਾ ਹੈਗਾ ਮੈਨੂੰ ਨਹੀਂ ਪਤਾ ਇਹਦੇ ਅੰਦਰ ਕੀ ਕੁਆਲਿਟੀ ਕਿ ਇੰਨੇ ਸਾਲ ਉੱਡ ਗਿਆ ਲੇਕਿਨ ਮੈਂ ਤੁਹਾਨੂੰ ਉਹਦਾ ਪੂਰਾ ਜਾਇਜ਼ਾ ਕਰਾਉਣਾ ਪਿਓਰਟੀ ਜੇ ਕਬੂਤਰ ਸੀ ਤੇ ਮੈਂ ਫਿਰ ਮੈਂ ਅਸਲ ਕਬੂਤਰ ਹੈ ਕਲਰ ਵੀ ਪੂਰੇ ਨੇ ਅਸਲਾਂ ਵਾਲੇ ਸਟਰਕਚਰ ਵੀ ਅਸਲਾਂ ਵਾਲਾ ਐ ਲੋ ਕਬੂਤਰ ਕਦੀ ਬਾਹਰ ਰਾਤ ਨਹੀਂ ਰਿਹਾ ਅੱਛਾ ਇਹ ਕਬੂਤਰ ਜਿੰਦੀ ਗੱਲ ਇਹ ਕਬੂਤਰ ਇਹ ਬਾਹਰ ਨਹੀਂ ਰਿਹਾ ਇਹ ਘਰ ਹੀ ਆਇਆ ਕਬੂਤਰ ਘਰ ਮਾਂ ਦਾ ਇਹ ਘਰ ਹੀ ਆਇਆ ਕੀ ਬੋਲ ਹਨੇਰਾ ਵੀ ਹੋਇਆ ਤਾਂ ਘਰ ਵਰ ਗਿਆ ਕਬੂਤਰ ਇੱਕ ਤਾਂ ਹੁੰਦਾ ਨਾ ਲਾਈਟਾਂ ਦੇ ਬਗੈਰ ਲਾਈਟਾਂ ਤੋਂ ਘਰ ਵਰ ਗਿਆ ਕਬੂਤਰ ਮੈਂ ਵੀ ਐ ਕੀ ਇਹਨੂੰ ਹੁਣ ਜੋੜੇ ਲਾਣਾ ਐ ਕੀ ਇਹਨੂੰ ਡਾਣਾ ਹਾਂ ਨਹੀਂ ਸਹੀ ਗੱਲ ਹੈ ਪਿਓਰ ਕਬੂਤਰ ਸੀ ਤੇ ਮੈਂ ਰੱਖ ਲਿਆ ਮੈਂ ਵੀ ਨਹੀਂ ਇਹਦਾ ਬੰਦ ਹੈਗਾ ਜੋ ਇਹਨੇ ਕੁਆਕਾ ਕਰਾਮਾਤ ਕਰਕੇ ਵਹਾਤੇ ਨੇ ਨਾ ਜਿੰਨਾ ਕੋ ਨੇ ਉੱਡਣਾ ਸੀ ਅੱਛਾ ਇਹਨਾਂ ਦੀ ਲੱਤਾਂ ਬੋਲ ਲੰਮੀਆਂ ਨਹੀਂ ਹੈਗੀਆਂ ਟੈਡੀ ਸਾਰਿਆਂ ਦੀ ਹੈਨਾ ਆਹੋ ਨਹੀਂ ਚੋਈ ਸਾਹਿਬ ਵਾਲੇ ਕਬੂਤਰਾਂ ਦੀ ਵੈਸੇ ਹੀ ਲੱਤਾਂ ਛੋਟੀਆਂ ਹੈਗੀਆਂ ਬਰੀਕ ਨਲੀ ਦੇ ਕਬੂਤਰ ਨੇ ਹੈਗੇ ਨਲੀਆਂ ਬਰੀਕ ਨੇ ਲੇਕਿਨ ਇੱਕ ਹੁੰਦਾ ਨਾ ਇੰਜ ਪੈਰ ਲੰਮੇ ਹੋਣਾ ਲੱਤਾਂ ਲੰਮੀਆਂ ਹੋਣੀਆਂ ਇਹਦਾ ਬਾਪ ਹੈ ਨਹੀਂ 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 ਇੱਕ ਜਿਹੜਾ ਆਹੋ ਆਹੋ ਆ ਇਹਦਾ ਬਾਪ ਹੈ ਠੀਕ ਹੈ ਠੀਕ ਹੈ ਇਹਨੂੰ ਕਿ ਬੰਨਿਆ ਹੋਇਆ ਜੇ ਇਹਦਾ ਕਾਬਕ ਜੇ ਨਾ ਕਬੂਤਰ ਦਾਣਾ ਪਾਈਦਾ ਇੰਜ ਇੱਕ ਦੋ ਐਸੇ ਜਾਨਵਰ ਗਵਾਏ ਨੇ ਤਾਂ ਫਿਰ ਬੰਨ ਕੇ ਰੱਖੇ ਨੇ ਕਿਤੇ ਨਿਕਲ ਨਾ ਜਾ ਲੋ ਇਹ ਇਹਦਾ ਬਾਪ ਅੱਛਾ ਇਹਦਾ ਬਹੁਤ ਡਿਫਰੈਂਟ ਕਲਰ ਹੈਗਾ ਨਹੀਂ ਇਹਦੇ ਇਸ ਕਬੂਤਰ ਦੇ ਅੰਦਰ ਮੀਆਂ ਨਜ਼ੀਰ ਵਾਲਾ ਵੀ ਪਾਰਕ ਹੈ ਇਸ ਕਬੂਤਰ ਦੇ ਅੰਦਰ ਇਹਦੇ ਜਗ੍ਹਾ ਥੋੜਾ ਕਰੀਮੀ ਇੱਕ ਬਾਰ ਦਾ ਪਰ ਪਾ ਕੇ ਕਬੂਤਰ ਬਣਿਆ ਲੇਕਿਨ ਕਮਾਲ ਇਹ ਜਿਹੜਾ ਪੱਠਾ ਕਿ ਤੁਹਾਨੂੰ ਦੱਸਿਆ ਇਹਦਾ ਹੀ ਲਓ ਜੀ ਇਹਦਾ ਕੁੰਦਾ ਚੈੱਕ ਕਰੋ ਇਹ ਆਖਰੀ ਪਰ ਰਿਜ਼ਲਟਡ ਬਹੁਤ ਆਊਟ ਕਲਾਸ ਕਬੂਤਰ ਹੈ ਇਹ ਜੋੜੇ ਲਾਣ ਲਾਉਣ ਲਈ ਬਣਿਆ ਆਹੋ ਇਹ ਕਾਬਕ ਦੇ ਵਿੱਚ ਨਾ ਫਿਰ ਉਹ ਫਿਰ ਸਾਰੀ ਗੱਲ ਇੱਕ ਇੱਕ ਦੋ ਦਾ ਫਸ ਸੀ ਤੋਂ ਕਬੂਤਰ ਗਵਾਏ ਵੀ ਨੇ ਵੱਡੇ ਨਿਕਲ ਗਏ ਸਨ ਤਾਂ ਫਿਰ ਉਹ ਵਿੱਚ ਬੰਨ ਕੇ ਰੱਖੀਦੇ ਨੇ ਸਹੀ ਕਰਦੇ ਹੋ ਹੋਰ ਐਡੇ ਅੱਛੇ ਕਬੂਤਰ ਐਵੇਂ ਜ਼ਾਇਆ ਕਰਨ ਵਾਲੀ ਗੱਲ ਹੀ ਹੈ ਨਾ ਫਿਰ ਇਹ ਕਬੂਤਰ ਕੋਈ ਦਿੰਦਾ ਵੀ ਨਹੀਂ ਜਲਦੀ ਜੇ ਕਿਸੇ ਨੂੰ ਸਮਝ ਆ ਗਈ ਨਾ ਹੁਣ ਇਹਦੇ ਨਾ ਆ ਦੇਖੋ ਨਾ ਆ ਸਾਡੇ ਇਹ ਹੈਗੇ ਨੇ 22 ਨੰਬਰ ਕਬੂਤਰ ਇਹ ਮੀਆਂ ਆਜ਼ਮ ਅੱਲੇ ਪਏ ਨੇ ਪੱਟੀ ਲੈ ਕੇ ਆਇਆ ਉਧਰੋਂ ਬੜੇ ਸ਼ਾਨਦਾਰ ਉੱਡਦੇ ਨੇ ਕਬੂਤਰ ਇਹ ਵੀ ਨਾ ਇੰਜ ਸਮਝੋ ਖੁਸ਼ ਹੋ ਗਏ ਉੱਡਦੇ ਨੇ ਕਬੂਤਰ ਉਸੇ ਕਬੂਤਰ ਨੇ ਲੱਗੀ ਹੋਈ ਉਸੇ ਮਾਦੀ ਨਾਲ ਉਹ ਕਬੂਤਰ ਨਾਲ ਜਿਹੜਾ ਪਹਿਲੇ ਵਹਾਇਆ ਅਲੱਗ ਮਾਦੀ ਉੱਡੀ ਇਹ ਵੀ ਰੋਕੀ ਆ ਵੇਖੋ ਰੰਗ ਥੱਲੇ ਲੱਗਾ ਨਾ ਲੱਗਾ ਲੱਗਾ ਹਾਂ ਤੇ ਅਸੀਂ ਉਹ ਮਾਦੀ ਇਹਨੇ ਬੱਚੇ ਨੇ ਨਿਆਂ ਹੀ ਨਹੀਂ ਦਿੱਤਾ ਮਾਸ਼ਾਅੱਲਾ ਹਾਲਾਂਕਿ ਪਿਓਰਟੀ ਜੇ ਕਬੂਤਰ ਸਾਡੇ ਅੱਛੇ ਸ਼ਾਮਾਂ ਤੱਕ ਉੱਡਦੇ ਨੇ ਪਿਓਰ ਡੋ ਕ੍ਰਾਸ ਚ ਲਾਓ ਜੋ ਮਰਜ਼ੀ ਕਰ ਕਮਾਲ ਜ਼ਬਰਦਸਤ ਓਏ ਹੋਏ 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 ਸਾਡਾ 600 ਨੰਬਰ ਐਸੇ ਪਾ ਦੇ ਮੈਂ ਵੀ ਬੁਲਾਈ ਇਹ ਕੀ ਸਰ ਇਹ ਉਹ ਵੱਡਾ 17 ਸਾਲ ਦਾ ਪਰਾਂ ਕਬੂਤਰ ਤੁਹਾਨੂੰ ਆਇਆ ਸੀ ਉਹਦੀ ਧੀ ਜੇ ਬਹੁਤ ਹੀ ਹਾਲਾ ਇਹ ਵੀ ਕਾਬਕ ਚ ਲਾਈ ਹੋਈ ਜੀ ਆ ਕਾਬਕ ਕਾਬਕ ਜੀ ਇਹ ਜਿਹੜੇ ਅੱਗੇ ਤੁਹਾਨੂੰ 72 ਨੰਬਰ ਦਿਖਾਇਆ ਨੇ ਉਹਨਾਂ ਦੀ ਮਾਂ ਜੇ ਅੱਛਾ 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 ਲੋ ਜੀ ਦੋਸਤੋ ਕਬੂਤਰ 72 ਨੰਬਰ ਸੀ ਤੇ ਮਾਦੀ ਇਹ ਲੱਗੇ ਉਹ ਪੱਠੇ ਤੁਹਾਨੂੰ ਦਿਖਾਇਆ ਸਨ ਤਕੜੀ ਅਸੀਂ 72 ਨੰਬਰ ਹੀ ਪਾਉਣੇ ਇਹਨਾਂ ਨੂੰ ਐਸੇ ਸੈਂਸਿਟਿਵ ਕਬੂਤਰ ਨੇ ਹੱਥ 'ਚ ਆ ਗਏ ਸਾਹ ਹੀ ਪੁੱਠੇ ਲੈਣ ਲੱਗ ਪੈਣਗੇ
ਸਿਆਣਤ ਦੀ ਵੀ ਇੰਤਹਾ ਹੈ ਨਾ। ਅੱਛਾ ਇਹਨਾਂ 'ਚ ਹੈ ਉਹ ਕੰਮ, ਉਹ ਆਂਡੇ ਛੱਡਦੇ ਤੇ ਇੰਝ ਕਰਤਾ ਤੇ ਵੇਖ ਲਿੱਤਾ ਤੇ ਇਹਨਾਂ ਨੇ ਉੱਠ ਬਹਿਣਾ ਹੈਗਾ ਹੈਗਾ। ਅਸੀਂ ਇਹਨਾਂ ਗਡੋਲਿਆਂ ਦੇ ਵਿੱਚ ਉਹ ਮਾਦੀ ਫੜ ਲਈਏ ਤੇ ਆਂਡੇ ਛੱਡ ਜਾਂਦੀਆਂ ਨੇ। ਅੱਛਾ ਜੀ, ਹਾਂ ਹੁਣ ਅਸੀਂ ਜੋੜੇ ਲਾਏ ਨੇ ਨਾ ਵਿੱਚ, ਉਹ ਫਿਰ ਸਾਰੀ ਗੱਲ ਜੋੜੇ ਨਵੇਂ ਲਾਉਂਦੇ ਸਨ ਤੇ ਅੰਦਰ ਬਾਹਰ ਹੁੰਦੇ, ਮਾਦੀਆਂ ਆਂਡੇ ਛੱਡ ਜਾਂਦੇ, ਤਿੰਨ ਤਿੰਨ ਦਵਾ ਨਾਲ ਚੱਡੀਆਂ ਮਾਦੀਆਂ ਨਾਲ ਆਂਡੇ। ਇਹਨੂੰ ਭਾਈ ਛੱਡ ਆਓ, ਇਹ ਮੇਰੇ ਤੇ ਨਾ ਪਏ। ਹਾਏ 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 ਹਾਏ, ਇਹ ਕੀ ਕਲਰ ਮੰਗਾਇਆ ਜੇ। ਹੁਣ ਦੇਖੋ ਨਾ, ਤੁਹਾਨੂੰ ਮੈਂ ਅੱਗੇ ਇੱਕ ਗੱਲ ਕੀਤੀ ਸੀ ਕਿ 10 ਨੰਬਰ ਕਬੂਤਰ ਐਵੇਂ ਦੇ ਵੀ ਨਿਕਲਦੇ ਜੇ। ਹੈ ਕਬੂਤਰ 10 ਨੰਬਰ ਹੈ ਜੇ, ਜਿਉਂਸਰੇ ਕਬੂਤਰ 10 ਨੰਬਰ ਜਿਉਂਸਰੇ ਵੀ ਕੱਟ ਜਾਂਦੇ ਨੇ। ਇਹਨਾਂ ਦੇ ਅੱਗੇ ਤੁਹਾਨੂੰ ਪੱਠੇ 21-10 ਦਿਖਾਏ ਨੇ, ਉਹ ਇਹਨਾਂ ਦੇ ਸਨ। ਲਓ ਜੀ ਇਹ ਕਲਰ ਚੈੱਕ ਕਰੋ, ਮਾਸ਼ਾਅੱਲਾ ਇਹ ਕਾਸੀ ਯੂਨੀਕ ਚੀਜ਼ ਨਿਕਲੀ। ਅੱਗੋ ਕਬੂਤਰ ਇਹ ਕਾਲੇ ਕਾਟੇ ਕੱਢਦਾ। ਅੱਛਾ ਇਹ ਕਾਲੇ ਕਾਟੇ ਅੱਗੋ ਕੱਢ। ਆਹੋ ਇਹ ਡਰੈਟ ਉਸਤਾਦ ਜ਼ੁਲਫਕਾਰ ਦੇ ਘਰੋਂ ਆਇਆ ਕਬੂਤਰ। ਅੱਛਾ 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 ਅੱਛਾ, ਇਹ ਵੱਡਾ ਕਬੂਤਰ ਹੈ ਹੈਗਾ। ਦੱਸਾਂ ਜੀ ਹੈ, ਦੱਸਾਂ ਜੀ ਉਸਤਾਦ ਜਦੋਂ ਆਉਂਦਾ ਕਬੂਤਰ ਫੜ ਕੇ ਚੁੰਮਦਾ। ਨਹੀਂ ਇਹ ਵਾਕਈ ਚੁੰਮਣ ਦਾ ਹੱਕਦਾਰ ਹੈ। ਮਤਲਬ ਕਹਿੰਦੀਆਂ ਦੋ ਪੱਠੀਆਂ ਦਾ ਵਹਾ ਫਿੱਕੀਆਂ ਨੇ ਨਾ, ਇਹ ਜਦੋਂ ਦੂਜੇ ਤੀਜੇ ਧਾਗੇ ਜਾਣੀਆਂ ਕਾਲੇ ਸ਼ਾਹ ਗੱਡ ਨੀਲ ਦੁੰਬੀਆਂ ਸਲਾਰੀਆਂ ਬਣ ਜਾਂਦੀਆਂ ਨੇ। ਲੋ ਦੀ ਦੋਸਤੋ ਚੈੱਕ ਕਰੋ, ਤਿਤਲੀਆਂ ਹੀ ਹੈਗੀਆਂ ਨੇ। ਮੈਂ ਮਾਦੀਆਂ ਤਿਤਲੀਆਂ ਹੀ ਹੈਗੀਆਂ। ਹਾਂ ਦੇਖੋ ਨਾ, ਹੁਣ ਜਿਉਂਸੜੀਆਂ ਨੇ ਨਾ, ਆ ਬੱਲੇ ਮੱਥੇ ਬਣਾ ਦੀਆਂ ਜਾਂਦੀਆਂ ਨੇ। ਇਹ ਜੋ ਦੂਜੇ ਧਾਗੇ ਜਾਣੀਆਂ ਨੇ, ਇਹ ਨੀਲ ਦੁੰਬੀਆਂ ਦਾ ਸਲਾਰੀਆਂ ਨਿਕਲਦੀਆਂ ਨੇ, ਕਲਸਰੀਆਂ ਹੋ ਜਾਣੀਆਂ ਸਾਰੀਆਂ। ਵਾਹ, ਵਾਹ ਜੀ ਵਾਹ ਉਸਤਾਦ ਜ਼ੁਲਫੀ ਸਾਹਿਬ। ਲੇਕਿਨ ਤੁਹਾਡਾ ਵੀ ਹੱਥ ਪੂਰਾ ਹੀ ਹੈ ਇਹਦੇ 'ਚ ਬਣਾਉਣ 'ਚ। ਇਹ ਉਸਤਾਦ ਜ਼ੁਲਫਕਾਰ ਦੀ ਬਾਜ਼ੀ ਉੱਡੀ ਸੀ, ਜੇਰ ਦੀ ਬਾਜ਼ੀ ਸੀ, ਠੀਕ ਹੈ ਨਾ। ਅਦਰਾ ਤੋਂ ਆਦਮ ਦੇ ਮੂੰਹ ਸੁਣੋ, ਪਹਿਲੀ ਬਾਜ਼ੀ ਕਬੂਤਰ ਹੀ ਪੂਰਾ ਹੀ ਹੈ ਸਾਨੂੰ। ਪਹਿਲੀ ਬਾਜ਼ੀ ਇੱਕ ਕਬੂਤਰ ਆਦ ਰਹਿ ਗਿਆ, ਉਹਦੀ ਜਗ੍ਹਾ ਤੇ ਇੱਕ ਪਾਇਆ ਲਕਵੇ ਵਾਲਾ ਕਬੂਤਰ ਸੱਤਵਾਂ। ਉਸਤਾਦ ਜ਼ੁਲਫਕਾਰ ਕਿਹੜੇ ਸੰਨ ਦੀ ਗੱਲ ਹੈ? ਸੰਨ ਮੈਂ 7 ਦੀ 8 ਦੀ ਆ ਤਕਰੀਬਨ, ਸੰਨ 2007 ਜਾਂ 8 ਬਾਜ਼ੀ ਸੀ ਜੇੜ ਦੀ। ਤਕਰੀਬਨ ਸਾਰਾ ਲਾਹੌਰ ਹੀ 1-1.5-2 ਵੀ ਉਹਦੇ ਗੇੜੇ ਬਹਿ ਗਿਆ ਸੀ। ਮੈਂ ਰਸਗਰ ਵੀ ਬਹਿ ਗਿਆ ਤੇ ਮੈਂ ਰਸਗਰ ਆ ਗਿਆ ਉਸਤਾਦ ਜ਼ੁਲਫੀ ਦੀ ਛੱਤ ਤੇ। ਅੱਛਾ, ਤੇ ਉੱਥੇ ਫਿਰ ਉਹਨੇ ਪੁੱਛਿਆ ਉਸਤਾਦ ਜ਼ੁਲਫੀ ਕੀ ਗੱਲ, ਖੈਰ ਹੈ ਤੇਰੇ ਕਬੂਤਰ ਉੱਤੇ? ਉਹਨੇ ਫਿਰ ਸਰ ਨੇ ਆਖਿਆ ਉਹਨੂੰ, ਸਰ ਜੀ ਉਸਤਾਦ ਜ਼ੁਲਫੀ ਦੇ ਕਬੂਤਰ ਨੇ, ਮੈਂ ਰਸਗਰ ਦੇ ਕਬੂਤਰ ਨਹੀਂ ਹੈਗੇ ਬਹਿਣਗੇ। ਅੱਛਾ, ਉਹ 6 ਕਬੂਤਰ 2 ਵੀ ਉਹਦੇ ਬਾਅਦ ਫਿਰ 5:45 'ਚ ਪਹਿਲਾਂ ਬੈਠਾ ਤੇ 7:28 ਸੱਤਵੀਂ ਮਾਰਦੀ ਬਾਅਦ। ਓਏ ਹੋਏ ਹੋਏ, ਇਹੀ ਟੈਡੀ ਸਨ? ਹਾਂ ਇਹੀ, ਉਹੀ ਕਬੂਤਰ ਨੇ ਨਾ ਸਾਰੇ ਵਾਲੇ। ਲਓ ਜੀ ਇਹ ਚੈੱਕ ਕਰੋ ਮਾਦੀ, ਉਹਨਾਂ ਜੀ ਇੱਕ ਬੱਚਾ ਸੀ। ਅੱਛਾ, ਦੋ ਪਾਰ ਦਾ ਬੱਚਾ ਵੀ ਸੀ, 7 ਵੀ ਬੈਠਾ। ਆ ਵੇਖੋ ਉਹਨਾਂ ਜਿਉਂਸੜੀਆਂ ਨੇ ਨਾ ਪੱਠੀਆਂ, ਤੇ ਕਾਲੇ ਮੂੰਹ ਵਾਲੀਆਂ ਬਣ ਜਾਣੀਆਂ ਸਾਰੀਆਂ ਬੱਲੇ ਹੀ। ਇਹ ਤੁਹਾਨੂੰ ਪੱਠੀਆਂ ਦਾ ਸ਼ੌਕ ਕਰਾਉਣ ਦਿਆਂ ਮੈਂ। ਅੱਛਾ, ਮੈਨੂੰ ਫੋਨ ਕਾਲਸ ਬੜੀਆਂ ਆ ਰਹੀਆਂ ਨੇ ਇਸ ਤੋਂ ਬਾਅਦ, ਵੇਚਣ ਸ਼ੇਚਣ ਦਾ ਜਾਂ ਦਿਨ ਦਵਾਨ ਦਾ ਕੋਈ ਪ੍ਰੋਗਰਾਮ ਹੈਗਾ? ਦੇ ਦਿਆਂਗੇ, ਦੇ ਦਿਓਗੇ? ਹਾਂ ਦੇ ਦਿਆਂਗੇ, ਦੇ ਦਿਆਂਗੇ ਜਦੋਂ ਕੋਈ ਰਾਬਤਾ ਕਰਨਾ ਚਾਹੇ ਤੇ। ਕੀ ਨੰਬਰ ਹੈ ਆਪਣਾ? ਨੰਬਰ 0301-4048-681 0301-4048-681 ਠੀਕ ਹੋ ਗਿਆ। ਇਹ ਵੀ ਪੱਠੀ ਹੈ? ਇਹ 10 ਨੰਬਰ ਮਾਦੀ ਹੈ।
ਗੂੜੀ ਹੈ ਨਾ ਵੱਡੀ ਮਾਦੀ ਸੀਨੇ ਇਹਨਾਂ ਦੇ ਵੀ ਭਾਈਆਂ ਵਾਲੇ ਨੇ ਹੈ ਹਿੰਦੀ ਵਾਲਾ ਆ ਲਾਦ ਅੱਗੇ ਹੈਡ ਟਾਈਪ ਚੈੱਕ ਕਰੋ ਕੈਸੀ ਗੋਲ ਗੋਲ ਐਡਾਂ ਦੇ ਕਬੂਤਰ ਤੇ ਮਾਦੀਆਂ ਹੈਗੀਆਂ ਇਹ ਲੱਗਦਾ ਬੰਨੀ ਕਾਬਕ ਦੇ ਵਿੱਚ ਸੀ ਨਾ ਬੱਜੀ ਸੀ ਆ ਦੇ ਉੱਪਰ ਖਰਾਬ ਹੋਏ ਨੇ ਅਸਲੀ ਮਾਸ਼ਾਅੱਲਾ ਮਾਦੀਆਂ ਦਾ ਬੜਾ ਕਿਰਦਾਰ ਕਬੂਤਰ ਬਣਾ ਚ ਐਸੇ ਤਰ੍ਹਾਂ ਹੀ ਦੇਖੋ ਨਾ ਮਾਦੀ ਉਹਨਾਂ ਕੀ ਇਹਨਾਂ ਦੀਆਂ ਧੀਆਂ ਵੀ ਵੇਖੀਆਂ ਤੁਸੀਂ ਜਿਉਂਸੜੀਆਂ ਨੂੰ ਐਵੇਂ ਦੀਆਂ ਬੰਨੀਆਂ ਸਾਰੀਆਂ ਹੈਗੀ ਆ ਵੀ ਕਸੋਨੀ ਨੇ ਸਾਰੀਆਂ ਮਾਦੀਆਂ ਹੀ ਜਿਹੜਾ ਤੁਸੀਂ ਕਹਿੰਦੇ ਫਿਰ ਬੜਾ ਮੈਨੂੰ ਪਸੰਦ ਆਇਆ 34 ਨੰਬਰ ਕਬੂਤਰ 31 ਨੰਬਰ ਜਿਹਨੂੰ ਬੇਸਿਕਲ ਕਬੂਤਰ ਹੈ ਇਹਦੀਆਂ ਧੀਆਂ ਨੇ ਇਹ ਜਿਹੜੀ ਹੁਣ ਤੁਹਾਡੇ ਹੱਥ 'ਚ ਆਈ ਅੱਛਾ 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 ਅਸੀਂ ਇਹਨਾਂ ਨੂੰ ਪਾਈ 222 ਕਰੀ ਤੁਹਾਡੀਆਂ 222 ਨੇ ਹਾਂ ਸਾਡੀਆਂ 222 ਨੇ ਇਹ ਬੇਸਿਕਲ 31 ਨੰਬਰ ਕਬੂਤਰੀਆਂ ਮਾਤੇ ਕਬੂਤਰ ਦੇ ਪੱਠੀਆਂ ਨੇ ਬਹੁਤ ਹੀ ਅੱਲਾ ਯਾਰ ਨਹੀਂ ਉਹ ਤਾਂ ਮੈਨੂੰ ਵਾਕਈ ਉਹਨੇ ਇੱਕ ਦਾ ਮੇਰੀ ਮੰਜੀ ਘੁੰਮ ਗਈ ਉਹ ਕਬੂਤਰ ਵੇਖ ਕੇ ਇਹ ਉਹਦੀਆਂ ਧੀਆਂ ਨੇ ਅੱਛਾ ਅੱਗੋਂ ਤਿੱਖੇ ਤੋਂ ਤਿੱਖੇ ਪਰ ਕਰੀ ਆ ਰਹੀਆਂ ਨੇ ਉਹ ਗੋਲ ਭਰਾਂ ਦੱਸੀ ਦੇਖੋ ਨਾ ਮਾਦੀਆਂ ਤੁਹਾਨੂੰ ਅੱਛਾ ਪੁਰਾਣੇ ਚੋਈ ਸਾਹਿਬ ਵਾਲੇ ਗੋਲ ਭਰਾਂ 'ਚ ਹੀ ਨੇ ਪੁਰਾਣੇ ਉਹ ਕਬੂਤਰ ਗੋਲ ਭਰਾਂ 'ਚ ਹੀ ਨੇ ਅੱਗੋਂ ਤੁਸੀਂ ਕੱਟ ਵੱਟ ਕਰਕੇ ਤਿੱਖੇ ਕਰ ਦਿੱਤੇ ਨੇ ਫਿਰ ਆਪਣੀ ਆਪਣੀ ਸਮਝ ਨਾਲ ਹਰ ਬੰਦਾ ਬਣਾ ਲੈਂਦਾ ਨਾ ਕਬੂਤਰ ਅੱਛਾ ਇਹ ਪਿਓ ਤੇ ਜ਼ਿਆਦਾ ਗਈ ਆਹੋ ਇਹ ਵੀ ਉਹਦੀ ਧੀ ਅੱਜ ਜਦੋਂ ਇਹ ਨਿਕਲੀਆਂ ਪੱਠੀਆਂ ਇਹ ਜਿਉਂਸੜੀਆਂ ਸਨ ਅਤੇ ਵੇਖੋ ਅੱਜ ਕਲਰ ਦੇਖੋ ਇਹਨਾਂ ਦਾ ਕੀ ਬਣ ਗਿਆ ਆਈ ਆ ਮੈਂ ਦੂਜਾ ਧਾਗੇ ਜੇ ਆਉਣੀਆਂ ਨੇ ਤੀਜੇ ਚੌਥੇ ਜਾਣੀਆਂ ਇਹ ਸਿਆਣੀਆਂ ਨਹੀਂ ਜਾਣੀਆਂ ਸਹੀ ਗੱਲ ਹੈ ਬਦਲ ਜਾਂਦੇ ਨੇ ਕਲਰ ਇਹਨਾਂ ਦੇ ਲੋ ਅੱਜ ਟੈਡੀਆਂ ਵੱਡਾ ਹੀ ਸ਼ੌਕ ਹੋ ਗਿਆ ਹਾਂ ਕਬੂਤਰ ਦੇ ਤਾਂ ਭੜੇ ਪਏ ਨੇ ਕਬੂਤਰ ਤੇ ਬੜੇ ਜ਼ਿਆਦਾ ਹੈਗੇ ਨੇ ਇੰਨੀ ਤਦਾਦ 'ਚ ਕਬੂਤਰ ਅੱਛੇ ਘੱਟ ਹੀ ਹੁੰਦੇ ਨੇ ਫਿਰ ਮੇਨਟੇਨ ਰੱਖਣਾ ਕਿਆ ਬਾਤ ਆ ਲੋਹੀ ਸਾਹਿਬ ਜੀ ਬਹੁਤ ਹੀ ਮਜ਼ਾ ਆਇਆ ਇਨਸ਼ਾਅੱਲਾ ਤੁਹਾਨੂੰ ਵੀ ਵੀਡੀਓ ਵੇਖ ਕੇ ਮਜ਼ਾ ਆਏਗਾ ਹਾਲੇ ਤਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਅਤੇ ਲਾਸਟ 'ਚ ਇੱਕ ਮਿੱਠਾ ਜਿਹਾ ਪੈਗਾਮ ਦੇ ਦਿਓ ਕਬੂਤਰਬਾਜ਼ ਭਰਾਵਾਂ ਵਾਸਤੇ ਜੋ ਵੀ ਤੁਹਾਡੇ ਦਿਲ 'ਚ ਹੈਗਾ ਸਾਨੂੰ ਕਬੂਤਰ ਬਣਾ ਕੇ ਦਿੱਤੇ ਨੇ ਹਰ ਸਾਹ ਨੂੰ ਚਾਹੀਦਾ ਕਿ ਆਪਣੇ ਜਿਹੜੇ ਅੱਛੇ ਸ਼ਗਿਰਦ ਨੇ ਉਹਨਾਂ ਨੂੰ ਅੱਛੇ ਕਬੂਤਰ ਬਣਾ ਕੇ ਦੇਣ ਜਿਵੇਂ ਸਾਨੂੰ ਸਾਡੇ ਸਾਹ ਜ਼ੁਲਕਾ ਨੇ ਬਣਾ ਕੇ ਦਿੱਤੇ ਨੇ ਦੇਖੋ ਨਾ ਤੁਹਾਨੂੰ ਮਜ਼ਾ ਆਇਆ ਨਾ ਸਾਦਾ ਨੂੰ ਚਾਹੀਦਾ ਨਾ ਕਿ ਅੱਛੇ ਕਬੂਤਰ ਆਪਣੇ ਸ਼ਗਿਰਦਾਂ ਨੂੰ ਦੇਣ ਚਲੋ ਅਸੀਂ ਤਾਂ ਚਲੋ ਅਸੀਂ ਕਜ਼ਨ ਸਾਂ ਅਤੇ ਸਾਡੇ ਨਾਲ ਮਿਹਰਬਾਨੀ ਜ਼ਿਆਦਾ ਕਰ ਗਿਆ ਹੋਏ ਦਾ ਲੇਕਿਨ ਸਾਦਾ ਨੂੰ ਚਾਹੀਦਾ ਕਿ ਆਪਣੇ ਸ਼ਗਿਰਦਾਂ ਨੂੰ ਅੱਛੇ ਕਬੂਤਰ ਦੇਣ ਮਜ਼ਾ ਆਵੇ ਕੋਈ ਦੇਖੇ ਠੀਕ ਹੈ ਨਾ ਅਤੇ ਅੱਜ ਕੱਲ੍ਹ ਸਾਦ ਵੀ ਲਾਲਚ ਕਰ ਜਾਂਦਾ ਆਪਣੇ ਸ਼ਗਿਰਦਾਂ ਨੂੰ ਪੈਸਿਆਂ ਦੇ ਕਬੂਤਰ ਵੇਚਦੇ ਨੇ ਅਸੀਂ ਇੱਕ ਰੁਪਈਆ ਨਹੀਂ ਦਿੱਤਾ ਹੈਗਾ ਕਿਆ ਬਾਤ ਬਹੁਤ ਕੀ ਖਿਆਲ ਹੈ ਸਹੀ ਕਹਿ ਰਹੇ ਉਸਤਾਦਾਂ ਨੂੰ ਚਾਹੀਦਾ ਨਾ ਕਿ ਸ਼ਗਿਰਦਾਂ ਨਾਲ ਪਿਆਰ ਕਰਨ ਸ਼ਫਕਤ ਦਾ ਹੱਥ ਰੱਖਣ ਹਾਂ ਸ਼ਫਕਤ ਦਾ ਹੱਥ ਰੱਖਣ ਵਾਹ ਜੀ ਵਾਹ ਲੋ ਦੋਸਤੋ ਉਮੀਦ ਕਰਨਾ ਅੱਜ ਦਾ ਸ਼ੌਕ ਸ਼ਿਕਾਇਤ ਇੰਟਰਵਿਊ ਤੁਹਾਨੂੰ ਪਸੰਦ ਆਇਆ ਹੈਗਾ ਮਿਲਦੇ ਨਵੀਂ ਵੀਡੀਓ 'ਚ ਨਵੇਂ ਸ਼ੌਕ ਦੇ ਨਾਲ ਖੁਦਾ ਹਾਫਿਜ਼